सत श्री अकाल सब नूं, मैं हाजिर हाँ जी एक नवी नोटिफिकेशन लैके। इस वीडियो में आप गल करांगे जी PPSC ब्लॉक प्राइमरी एजुकेशन ऑफिसर रिक्वायरमेंट 2020 जिस विच 75 पोस्टां दी भर्ती है जी। पूरी डिटेल में गल करन तों पहलां मैं एक बेनती करना चाहुंदा कि साडे इस चैनल नूं सबसक्राइब जरूर करो ਅਤੇ ਨਾਲ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਉਸ ਤੋਂ ਇਲਾਵਾ ਸਾਡੀ ਅਫੀਸ਼ੀਅਲੀ ਵੈਬਸਾਈਟ www.punjabjobfind.com 'ਤੇ ਵਿਜ਼ਿਟ ਜ਼ਰੂਰ ਕਰੋ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ। ਪੂਰੀ ਡਿਟੇਲ ਵਿੱਚ ਗੱਲ ਕਰਦੇ ਹਾਂ ਜੀ ਇਹਨਾਂ ਪੋਸਟਾਂ ਬਾਰੇ। ਸਭ ਤੋਂ ਪਹਿਲਾਂ ਪੋਸਟਾਂ ਦੇਖ ਲੈਣੇ ਜੀ, ਟੋਟਲ 75 ਪੋਸਟਾਂ ਨੇ ਜਿਸ ਵਿੱਚ ਜਰਨਲ ਦੀਆਂ 28 ਪੋਸਟਾਂ ਨੇ, ਐਕਸ ਸਰਵਿਸਮੈਨ LD ESM ਪੰਜਾਬ 5 ਪੋਸਟਾਂ ਨੇ, ਵਾਰਸ ਆਫ ਫਰੀਡਮ ਫਾਈਟਰ ਪੰਜਾਬ 1 ਪੋਸਟ ਹੈ, ਸਪੋਰਟਸ ਪਰਸਨ ਪੰਜਾਬ 1 ਪੋਸਟ ਹੈ। ਉਸ ਤੋਂ ਇਲਾਵਾ ਜੋ ਵੀ ਡਿਸਬਿਲਿਟੀ ਦੇ ਕੈਟਾਗਰੀ ਵਾਈਜ਼ ਜੋ ਪੋਸਟਾਂ ਨੇ ਤੁਸੀਂ ਪੂਰੀ ਡਿਟੇਲ ਵਿੱਚ ਦੇਖ ਲੈਣਾ। ਅੱਗੇ ਸ਼ਡਿਊਲ ਕਾਸਟ ਅਦਰ ਪੰਜਾਬ 7 ਪੋਸਟਾਂ ਨੇ, ਸ਼ਡਿਊਲ ਕਾਸਟ ਅਦਰ ESM LD ESM 2 ਪੋਸਟਾਂ ਨੇ, ਸ਼ਡਿਊਲ ਕਾਸਟ ਸਪੋਰਟਸ ਪਰਸਨ ਪੰਜਾਬ 1 ਪੋਸਟ ਹੈ, ਬਾਲਮੀਕੀ ਮਜ਼੍ਹਬੀ ਸਿੱਖ ਪੰਜਾਬ ਕੈਟਾਗਰੀ ਹੈ ਜੋ 8 ਪੋਸਟਾਂ ਨੇ ਉਹਨਾਂ ਲਈ, ਬਾਲਮੀਕੀ ਮਜ਼੍ਹਬੀ ਸਿੱਖ ESM LD ESM ਪੰਜਾਬ 1 ਪੋਸਟ ਹੈ, ਬੈਕਵਰਡ ਕਲਾਸ ਪੰਜਾਬ 8 ਪੋਸਟਾਂ ਨੇ, ਬੈਕਵਰਡ ਕਲਾਸ ESM LD ECM ਪੰਜਾਬ 1 ਪੋਸਟ ਹੈ, ਇਕਨੋਮਿਕਲੀ ਵੀਕਰ ਸੈਕਸ਼ਨ ਪੰਜਾਬ 8 ਪੋਸਟਾਂ ਨੇ, ਟੋਟਲ 75 ਪੋਸਟਾਂ ਨੇ ਜੀ। ਉਸ ਤੋਂ ਬਾਅਦ ਡਿਪਾਰਟਮੈਂਟ ਨੇਮ ਦੀ ਗੱਲ ਕਰੀਏ ਤਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ PPSC ਵੱਲੋਂ ਇਹ ਭਰਤੀ ਹੈ ਜੀ। ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ ਜੀ, ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਗ੍ਰੈਜੂਏਸ਼ਨ ਬਾਰੇ। ਉਸ ਤੋਂ ਇਲਾਵਾ ਲੋਕੇਸ਼ਨ ਪੰਜਾਬ ਹੈ ਜੀ, ਮੋਡ ਆਫ ਅਪਲਾਈ ਤੁਸੀਂ ਔਨਲਾਈਨ ਫਾਰਮ ਭਰ ਸਕਦੇ ਹੋ। ਉਸ ਤੋਂ ਇਲਾਵਾ ਅੱਗੇ ਜੋ ਇਸ ਦੀ ਲਾਸਟ ਤਰੀਕ ਹੈ ਫਾਰਮ ਭਰਨ ਦੀ, ਐਕਸਟੈਂਡ ਹੋ ਕੇ 22 ਜੂਨ 2020 ਹੋ ਚੁੱਕੀ ਹੈ, ਤੁਸੀਂ 22 ਜੂਨ ਤੱਕ ਇਹ ਫਾਰਮ ਭਰ ਸਕਦੇ ਹੋ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਜੋ ਵੀ ਕੈਂਡੀਡੇਟ ਫਾਰਮ ਭਰੇਗਾ ਉਸ ਲਈ ਗ੍ਰੈਜੂਏਸ਼ਨ 50% ਨੰਬਰਾਂ ਨਾਲ ਪਾਸ ਹੋਣੀ ਜ਼ਰੂਰੀ ਹੈ। ਉਸ ਤੋਂ ਇਲਾਵਾ 2 ਸਾਲ ਦਾ ETT ਕੋਰਸ ਜਾਂ 2 ਸਾਲ ਦਾ DLED ਜਾਂ BED ਪਾਸ ਹੋਣੀ ਜ਼ਰੂਰੀ ਹੈ। ਮਿਨੀਮਮ 3 ਈਅਰ ਆਫ ਟੀਚਿੰਗ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਅੱਗੇ ਆ ਜੀ ਸੈਲਰੀ ਡਿਟੇਲ, ਜੋ ਸੈਲਰੀ ਡਿਟੇਲ ਹੈ 10,300 ਤੋਂ 34,800 ਪਲੱਸ 5,000 ਗ੍ਰੇਡ ਪੇ ਹੋਏਗਾ। ਏਜ ਲਿਮਿਟ ਦੀ ਗੱਲ ਕਰੀਏ ਤਾਂ 18 ਸਾਲ ਤੋਂ 37 ਸਾਲ ਤੱਕ ਦੇ ਕੈਂਡੀਡੇਟ ਇਸ ਪੋਸਟ ਨੂੰ ਭਰ ਸਕਦੇ ਆ। ਏਜ ਛੂਟ ਦੀ ਗੱਲ ਕਰੀਏ ਤਾਂ ਜੋ ਪੰਜਾਬ ਗੌਰਮੈਂਟ ਇੰਪਲੋਏ ਨੇ ਉਹਨਾਂ ਲਈ 45 ਸਾਲ ਦੀ ਛੂਟ ਹੈ ਜੀ, 45 ਸਾਲ ਤੱਕ ਦੇ ਕੈਂਡੀਡੇਟ ਭਰ ਸਕਦੇ ਆ। SC BC ਆਫ ਪੰਜਾਬ 42 ਸਾਲ ਤੱਕ ਦੇ ਕੈਂਡੀਡੇਟ ਭਰ ਸਕਦੇ ਆ। ਉਸ ਤੋਂ ਇਲਾਵਾ ਜੋ ਫਿਜ਼ੀਕਲ ਹੈਂਡੀਕੈਪ ਆਫ ਪੰਜਾਬ ਕੈਟਾਗਰੀ ਹੈ ਉਹ 47 ਸਾਲ ਤੱਕ ਇਹ ਫਾਰਮ ਭਰ ਸਕਦੇ ਆ ਜੀ। ਜੋਬ ਲੋਕੇਸ਼ਨ ਪੰਜਾਬ ਹੈ ਜੀ। ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ SC ST ਆਫ ਆਲ ਸਟੇਟ ਐਂਡ BC ਆਫ ਪੰਜਾਬ ਸਟੇਟ ਹੈ ਜੋ 1125 ਹੈ ਉਹਨਾਂ ਲਈ ਫੀਸ ਹੈ। ESM ਆਫ ਪੰਜਾਬ 500 ਰੁਪਇਆ ਫੀਸ ਹੈ। ਆਲ ਅਦਰ ਕੈਟਾਗਰੀ ਜੋ ਜਿਵੇਂ ਜਰਨਲ ਹੋ ਗਈ ਉਹਨਾਂ ਲਈ 3000 ਫੀਸ ਹੈ। ਉਸ ਤੋਂ ਇਲਾਵਾ ਪਰਸਨ ਆਫ ਡਿਸਬਿਲਿਟੀ ਆਫ ਪੰਜਾਬ ਸਟੇਟ ਸੌਣ ਲਈ 1750 ਰੁਪਏ ਫੀਸ ਹੈ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਜਿਸ ਦੀ ਸਿਲੈਕਸ਼ਨ ਹੋਏਗੀ ਰਿਟਨ ਟੈਸਟ ਅਤੇ ਇੰਟਰਵਿਊ ਹੋਏਗਾ। ਜੋ ਰਿਟਨ ਟੈਸਟ ਹੈ ਉਹ 300 ਨੰਬਰਾਂ ਦਾ ਹੋਵੇਗਾ, 120 ਕੁਸ਼ਚਨ ਹੋਣਗੇ। ਉਸ ਤੋਂ ਇਲਾਵਾ ਜੋ ਇਹ ਫਾਰਮ ਹੈ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਲਾਸਟ ਤਰੀਕ ਮੈਂ ਫਿਰ ਦੱਸਦਿਆਂ ਵੀ ਐਕਸਟੈਂਡ ਹੋ ਕੇ 22 ਜੂਨ 2020 ਹੋ ਗਈ ਹੈ। 22 ਜੂਨ ਤੱਕ ਤੁਸੀਂ ਇਹ ਫਾਰਮ ਭਰ ਸਕਦੇ ਹੋ। ਇਸ ਦੀ ਜੋ ਫੁੱਲ ਨੋਟੀਫਿਕੇਸ਼ਨ ਹੈ ਲਿੰਕ ਅਵੇਲੇਬਲ ਹੈ, ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਇਹ ਨੋਟੀਫਿਕੇਸ਼ਨ ਦੇਖ ਸਕਦੇ ਹੋ। ਅਫੀਸ਼ੀਅਲ ਵੈਬਸਾਈਟ ਦਾ ਲਿੰਕ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਸਾਡਾ ਅਫੀਸ਼ੀਅਲੀ ਵਟਸਐਪ ਗਰੁੱਪ ਦਾ ਲਿੰਕ ਅਵੇਲੇਬਲ ਹੈ, ਤੁਸੀਂ ਡਿਸਕ੍ਰਿਪਸ਼ਨ ਵਿੱਚ ਕਲਿੱਕ ਕਰਕੇ ਇਹ ਗਰੁੱਪ 'ਤੇ ਜੁਆਇਨ ਕਰ ਸਕਦੇ ਹੋ, ਜਿਸ ਵਿੱਚ ਅਸੀਂ ਪੰਜਾਬ ਰਿਲੇਟਿਡ ਨਵੀਂ ਨਵੀਆਂ ਭਰਤੀਆਂ ਦੀ ਅਪਡੇਟ ਕਰਦੇ ਰਹਿੰਦੇ ਹਾਂ। ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰੋ ਜੀ। ਧੰਨਵਾਦ।